ਅਸੀਂ ਗੱਲ ਸੁਣ ਇਹ ਚਾਹ ਬਣਾਵਾ ਇਹੋ ਜਿਹੀਆਂ ਗੱਲਾਂ ਕਰਦੇ ਤਾਂ ਤੂੰ ਮੇਰੀ ਜਾਨ ਹੀ ਕੱਢ ਲੈਂਦੀ ਆ ਮਿੱਠਾ ਪਾਲੀ ਮਤਲਬ ਹੈ ਮਿੱਠਾ ਤੇਜ ਪਾਈ ਇਹਦਰ ਹੈ ਖੋਤੇ ਦੇ ਪੁੱਤ ਆਹੋ ਮਿੱਠਾ ਤੇਜ ਪਾ ਲਿਆ ਮੁੜ ਕੇ ਮਿੱਠਾ ਚਾਹ ਦੇ ਪਤੀਲੇ ਦਾ ਨਿਕਲ ਕੇ ਬਾਹਰ ਨੂੰ ਹੋ ਜਾਣਾ ਹੈ ਚਾਹ ਚਾਹ ਬਣਾਉਣੀ ਹੈ ਲਿਆਉਣੀ ਮੈਂ ਚਾਹ ਬਣਾ ਕੇ ਇਹ ਤਾਂ ਮੈਨੂੰ ਡਾਕਟਰ ਨੇ ਮਨਾ ਕੀਤਾ ਆ ਹੈ ਕਾਹਦੇ ਨੂੰ ਚਾਹ ਪੁੱਛਣ ਵਾਲੇ ਨੂੰ ਮਨਾ ਨਹੀਂ ਕਰਦਾ ਮੈਂ ਕਿਹਾ ਕਿ ਇੰਟਰਨ ਬਣਾ ਕੀਤਾ ਵੀ ਚਾਹ ਨਹੀਂ ਪੀਣੀ ਨਹੀਂ ਨਹੀਂ ਐਦਾਂ ਜ਼ੁਲਮ ਹੋ ਸਕਦਾ ਤੇ ਮੈਂ ਚਾਹ ਬਣਾ ਕੇ ਦਿੰਦਾ ਅਬੇ ਤੁਸੀਂ ਧਿਆਨ ਨਾ ਰਿਓ ਬੇ ਵੇ ਮੈਂ ਲੱਗੀ ਚਲਾ ਖੋਤੇ ਦੇ ਪੁੱਤਰੋ ਅੱਛਾ ਗੱਲ ਸੁਣ ਮੈਂ ਚੱਲੀ ਚਾਹ ਧਰਨਾ ਤੇ ਜਾ ਕੇ ਦੁੱਧ ਲਿਆਓ ਜਾ ਕੇ ਦੁੱਧ ਨਹੀਂ ਹੈਗਾ ਘਰ ਠੀਕ ਲਿਆ ਲਿਆ ਤੇ ਉੱਠ ਪਿਓ ਇੱਥੇ ਨਾ ਮਰੇ ਰਿਓ ਦੇਖੋ ਜਾ ਕੇ ਪੌਂਦੀ ਦਾ ਡੇ ਗਏ ਇਹ ਬਸ ਚਾਰ ਬੰਦੇ ਮਾਰ ਦਿੱਤੇ ਬਾਕੀ ਥੋੜੇ ਕਿ ਰਹਿ ਗਏ ਹੁਣ ਮਾਰਨ ਵਾਲੇ ਹਾਂ ਵਿੱਚ ਗੱਲ ਨਾ ਕਰੀ ਯਾਰ ਨੇ ਗੱਲ ਕੀਤੇ ਆ ਕਦੇ ਉਹ ਗਜੀਰੀ ਭੁੜਕ ਕੇ ਦੂਜੇ ਪਾਸੇ ਹੋ ਜਾਊਗੀ ਤੁਹਾਡੀ ਮਾਂ ਕਹਿ ਕੇ ਜਾਈ ਦੁੱਧ ਲੈ ਕੇ ਆਓ ਬਸ ਦੋ ਦੋ ਬੰਦੇ ਮਾਰਨ ਵਾਲੇ ਲੈ ਕੇ ਬਸ ਗੇਮ ਪਾਰ ਹੋਣ ਵਾਲੀ ਆ ਗੇਮ ਤੇ ਆ ਗਈ ਜੱਤੀ ਮਾਂ ਬਸ ਜਾਣੇ ਦੁੱਧ ਨਹੀਂ ਲੈ ਕੇ ਬਸ ਉਹ ਗੱਲ ਨੇ ਖੋਤੇ ਜਾਂ ਤੇ ਦੋਵੇਂ ਖੋਤੇ ਹੈ ਖੋਤੇ ਆਏ ਮੈਂ ਤੇ ਇਹਨਾਂ ਤੋਂ ਦੁਖੀ ਬਣੀ ਆ ਰਤਿਆ ਖੋਤੇ ਦੇ ਪੁੱਤ ਨਾ ਹੁੰਦੇ ਅੱਛਾ ਅੱਛਾ ਐਵੇਂ ਨਹੀਂ ਹੀ ਮੁੰਡਿਆਂ ਨੂੰ ਆਂਦੀ ਖੋਤੇ ਦੇ ਪੋਤੇ ਆ ਖੋਤੇ ਦੇ ਪੁੱਤ ਓਏ ਖੜੇ ਹੋ ਲੈ ਤੁਹਾਡਾ ਪਿਓ ਆ ਗਿਆ